ਮੈਂ ਆਪਣੀ ਵੋਟ ਆਪਣੇ ਜੱਦੀ ਪਿੰਡ 'ਚ ਦੇਖ ਲਾਂ 'ਚ ਆਪਣੇ ਬੂਥ ਦੇ ਉੱਤੇ ਪਾਉਣਾ ਹੈ। ਵੋਟ ਪਾਈ ਹੈ ਔਰ ਬਹੁਤ ਉਤਸ਼ਾਹ ਆ ਮੇਰਾ। ਤੁਹਾਡੇ ਥਰੂ ਸਭ ਲੋਕਾਂ ਨੂੰ ਬੇਨਤੀ ਹੈ ਕਿ ਸਵੇਰੇ ਸਵੇਰੇ ਵੋਟ ਪਾਉਣ ਨੂੰ, ਕਿਉਂਕਿ ਬਾਅਦ 'ਚ ਦੁਪਹਿਰੇ ਗਰਮੀ ਹੋਊਗੀ। ਹਰ ਬੰਦਾ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰੇ, ਇਹ ਵੋਟ ਬਹੁਤ ਜ਼ਰੂਰੀ। ਲੋਕ ਸਭਾ ਦੀ ਵੋਟ ਹੈ, ਸਭ ਨੂੰ ਬੇਨਤੀ ਹੈ ਕਿ ਵੋਟ ਪਾਉਣ ਸਭ ਦੇ ਕਰੀਏ। ਮੈਨੂੰ ਲੱਗਦਾ ਕਿ ਲੋਕ ਵੋਟ ਬਹੁਤ ਵਧੀਆ, ਦੇਖੋ ਕਿੰਨੇ ਵਧੀਆ, ਤੁਸੀਂ ਦੇਖੋ ਸਭ ਟੈਂਟ ਲੱਗੇ ਆ, ਬਾਹਰ ਵੀ ਅੰਦਰ ਵੀ, ਹਰ ਤਰ੍ਹਾਂ ਦਾ ਪਾਣੀ ਦਾ, ਹਰ ਤਰ੍ਹਾਂ ਦਾ ਪਾਣੀ, ਬਿਲਕੁਲ ਸਹੀ ਕੀਤਾ। ਹਾਂ ਬਿਲਕੁਲ, ਪੰਜਾਬ ਬਣੇਗਾ ਹੀਰੋ, ਇਸ ਵਾਰ 13-0 ਅੰਮ੍ਰਿਤਸਰ 2.5 ਲੱਖ ਦੇ ਪਾਰਲੀਮੈਂਟ ਤੋਂ ਬਾਹਰ, ਹਾਂ 400 ਪਾਰ ਨਹੀਂ, ਪਾਰਲੀਮੈਂਟ ਤੋਂ ਬਾਹਰ। ਮੈਂ ਆਪਣੀ ਵੋਟ ਆਪਣੇ ਜੱਦੀ ਪਿੰਡ 'ਚ ਦੇਖ ਲਾਂ 'ਚ ਆਪਣੇ ਬੂਥ ਦੇ ਉੱਤੇ ਪਾਉਣਾ ਹੈ। ਵੋਟ ਪਾਈ ਹੈ ਔਰ ਬਹੁਤ ਉਤਸ਼ਾਹ ਆ ਮੇਰਾ। ਤੁਹਾਡੇ ਥਰੂ ਸਭ ਲੋਕਾਂ ਨੂੰ ਬੇਨਤੀ ਹੈ ਕਿ ਸਵੇਰੇ ਸਵੇਰੇ ਵੋਟ ਪਾਉਣ ਨੂੰ, ਕਿਉਂਕਿ ਬਾਅਦ 'ਚ ਦੁਪਹਿਰੇ ਗਰਮੀ ਹੋਊਗੀ। ਹਰ ਬੰਦਾ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰੇ, ਇਹ ਵੋਟ ਬਹੁਤ ਜ਼ਰੂਰੀ। ਲੋਕ ਸਭਾ ਦੀ ਵੋਟ ਹੈ, ਸਭ ਨੂੰ ਬੇਨਤੀ ਹੈ ਕਿ ਵੋਟ ਪਾਉਣ ਸਭ ਦੇ ਕਰੀਏ। ਮੈਨੂੰ ਲੱਗਦਾ ਕਿ ਲੋਕ ਵੋਟ ਬਹੁਤ ਵਧੀਆ, ਦੇਖੋ ਕਿੰਨੇ ਵਧੀਆ, ਤੁਸੀਂ ਦੇਖੋ ਸਭ ਟੈਂਟ ਲੱਗੇ ਆ, ਬਾਹਰ ਵੀ ਅੰਦਰ ਵੀ, ਹਰ ਤਰ੍ਹਾਂ ਦਾ ਪਾਣੀ ਦਾ, ਹਰ ਤਰ੍ਹਾਂ ਦਾ ਪਾਣੀ, ਬਿਲਕੁਲ ਸਹੀ ਕੀਤਾ। ਹਾਂ ਬਿਲਕੁਲ, 13-0 ਦਾ ਨਾਰਾ ਦਿੱਤਾ ਸੀ ਮਾਨ ਸਾਹਿਬ ਨੇ, ਕੀ ਲੱਗਦਾ ਕਿਸ ਤਰੀਕੇ ਦੇ ਪੰਜਾਬ ਬਣੇਗਾ ਹੀਰੋ? ਇਸ ਵਾਰ 13-0 ਅੰਮ੍ਰਿਤਸਰ 2.5 ਲੱਖ ਦੇ ਪਾਰ ਦਾ ਪਾਰਲੀਮੈਂਟ ਤੋਂ ਬਾਹਰ, ਹਾਂ 400 ਪਾਰ ਨਹੀਂ, ਪਾਰਲੀਮੈਂਟ ਤੋਂ ਬਾਹਰ। ਮੈਂ ਆਪਣੀ ਵੋਟ ਆਪਣੇ ਜੱਦੀ ਪਿੰਡ 'ਚ ਦੇਖ ਲਾਂ 'ਚ ਆਪਣੇ ਬੂਥ ਦੇ ਉੱਤੇ ਪਾਉਣਾ ਹੈ। ਵੋਟ ਪਾਈ ਹੈ ਔਰ ਬਹੁਤ ਉਤਸ਼ਾਹ ਆ ਮੇਰਾ। ਤੁਹਾਡੇ ਥਰੂ ਸਭ ਲੋਕਾਂ ਨੂੰ ਬੇਨਤੀ ਹੈ ਕਿ ਸਵੇਰੇ ਸਵੇਰੇ ਵੋਟ ਪਾਉਣ ਨੂੰ, ਕਿਉਂਕਿ ਬਾਅਦ 'ਚ ਦੁਪਹਿਰੇ ਗਰਮੀ ਹੋਊਗੀ। ਹਰ ਬੰਦਾ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰੇ, ਇਹ ਵੋਟ ਬਹੁਤ ਜ਼ਰੂਰੀ। ਲੋਕ ਸਭਾ ਦੀ ਵੋਟ ਹੈ, ਸਭ ਨੂੰ ਬੇਨਤੀ ਹੈ ਕਿ ਵੋਟ ਪਾਉਣ ਸਭ ਦੇ ਕਰੀਏ। ਮੈਨੂੰ ਲੱਗਦਾ ਕਿ ਲੋਕ ਵੋਟ ਬਹੁਤ ਵਧੀਆ, ਦੇਖੋ ਕਿੰਨੇ ਵਧੀਆ, ਤੁਸੀਂ ਦੇਖੋ ਸਭ ਟੈਂਟ ਲੱਗੇ ਆ, ਬਾਹਰ ਵੀ ਅੰਦਰ ਵੀ, ਹਰ ਤਰ੍ਹਾਂ ਦਾ ਪਾਣੀ ਦਾ, ਹਰ ਤਰ੍ਹਾਂ ਦਾ ਪਾਣੀ, ਬਿਲਕੁਲ ਸਹੀ ਕੀਤਾ। ਹਾਂ ਬਿਲਕੁਲ, 13-0 ਦਾ ਨਾਰਾ ਦਿੱਤਾ ਸੀ ਮਾਨ ਸਾਹਿਬ ਨੇ, ਕੀ ਲੱਗਦਾ ਕਿਸ ਤਰੀਕੇ ਦੇ ਪੰਜਾਬ ਬਣੇਗਾ ਹੀਰੋ? ਇਸ ਵਾਰ 13-0 ਅੰਮ੍ਰਿਤਸਰ 2.5 ਲੱਖ ਦੇ ਪਾਰ ਦਾ ਪਾਰਲੀਮੈਂਟ ਤੋਂ ਬਾਹਰ, ਹਾਂ 400 ਪਾਰ ਨਹੀਂ, ਪਾਰਲੀਮੈਂਟ ਤੋਂ ਬਾਹਰ। ਮੈਂ ਆਪਣੀ ਵੋਟ ਆਪਣੇ ਜੱਦੀ ਪਿੰਡ 'ਚ ਦੇਖ ਲਾਂ 'ਚ ਆਪਣੇ ਬੂਥ ਦੇ ਉੱਤੇ ਪਾਉਣਾ ਹੈ। ਵੋਟ ਪਾਈ ਹੈ ਔਰ ਬਹੁਤ ਉਤਸ਼ਾਹ ਆ ਮੇਰਾ। ਤੁਹਾਡੇ ਥਰੂ ਸਭ ਲੋਕਾਂ ਨੂੰ ਬੇਨਤੀ ਹੈ ਕਿ ਸਵੇਰੇ ਸਵੇਰੇ ਵੋਟ ਪਾਉਣ ਨੂੰ, ਕਿਉਂਕਿ ਬਾਅਦ 'ਚ ਦੁਪਹਿਰੇ ਗਰਮੀ ਹੋਊਗੀ। ਹਰ ਬੰਦਾ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰੇ, ਇਹ ਵੋਟ ਬਹੁਤ ਜ਼ਰੂਰੀ। ਲੋਕ ਸਭਾ ਦੀ ਵੋਟ ਹੈ, ਸਭ ਨੂੰ ਬੇਨਤੀ ਹੈ ਕਿ ਵੋਟ ਪਾਉਣ ਸਭ ਦੇ ਕਰੀਏ। ਮੈਨੂੰ ਲੱਗਦਾ ਕਿ ਲੋਕ ਵੋਟ ਬਹੁਤ ਵਧੀਆ, ਦੇਖੋ ਕਿੰਨੇ ਵਧੀਆ, ਤੁਸੀਂ ਦੇਖੋ ਸਭ ਟੈਂਟ ਲੱਗੇ ਆ, ਬਾਹਰ ਵੀ ਅੰਦਰ ਵੀ, ਹਰ ਤਰ੍ਹਾਂ ਦਾ ਪਾਣੀ ਦਾ, ਹਰ ਤਰ੍ਹਾਂ ਦਾ ਪਾਣੀ, ਬਿਲਕੁਲ ਸਹੀ ਕੀਤਾ। ਹਾਂ ਬਿਲਕੁਲ, 13-0 ਦਾ ਨਾਰਾ ਦਿੱਤਾ ਸੀ ਮਾਨ ਸਾਹਿਬ ਨੇ, ਕੀ ਲੱਗਦਾ ਕਿਸ ਤਰੀਕੇ ਦੇ ਪੰਜਾਬ ਬਣੇਗਾ ਹੀਰੋ? ਇਸ ਵਾਰ 13-0 ਅੰਮ੍ਰਿਤਸਰ 2.5 ਲੱਖ ਦੇ ਪਾਰ ਦਾ ਪਾਰਲੀਮੈਂਟ ਤੋਂ ਬਾਹਰ, ਹਾਂ 400 ਪਾਰ ਨਹੀਂ, ਪਾਰਲੀਮੈਂਟ ਤੋਂ ਬਾਹਰ।